ਬਾਲੀਵੁੱਡ ਦੀ ਹੌਟ ਮਾਡਲ ਅਤੇ ਐਕਟ੍ਰੈਸ ਪੂਨਮ ਪਾਂਡੇ ਦੇ ਬੋਲਡਨੈਸ ਦੀ ਚਰਚਾ ਹਰ ਤਰਫ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਫੋਟੋਜ਼ ਫੈਨ ਦੇ ਦਿਲ ਤੇ ਕਹਿਰ ਬਣ ਕੇ ਗਿਰਦੀਆਂ ਨੇ। ਉਹਨਾਂ ਦੀ ਹੌਟਨੈਸ ਦੇ ਚੰਗੇ ਚੰਗੇ ਵੀ ਦੀਵਾਨੇ ਹੋ ਜਾਂਦੇ ਨੇ। ਇਹੀ ਕਾਰਨ ਹੈ ਕਿ ਉਹਨਾਂ ਦੀ ਹਰ ਫੋਟੋ ਤੇ ਵੀਡੀਓ ਨੂੰ ਲੱਖਾਂ ਲਾਈਕਸ ਤੇ ਕਮੈਂਟ ਮਿਲਦੇ ਨੇ। ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਆਪਣੀ ਟੌਪਲੈਸ ਫੋਟੋ ਸ਼ੇਅਰ ਕੀਤੀ ਹੈ ਪੂਨਮ ਪਾਂਡੇ ਨੇ, ਪਰ ਇਸ ਵਾਰ ਫੋਟੋ ਵਿੱਚ ਪੂਨਮ ਪਾਂਡੇ ਦੇ ਨਾਲ ਉਹਨਾਂ ਦੇ ਬੁਆਏਫ੍ਰੈਂਡ ਵੀ ਸਾਫ਼ ਦਿਖਾਈ ਦੇ ਰਹੇ ਨੇ। ਫੋਟੋ ਵਿੱਚ ਪੂਨਮ ਟੌਪਲੈਸ ਹੋ ਕੇ ਆਪਣੀ ਮਿਰਰ ਸੈਲਫੀ ਲੈ ਰਹੀ ਹੈ, ਜਦਕਿ ਉਹਨਾਂ ਦੇ ਨਾਲ ਉਹਨਾਂ ਦੇ ਬੁਆਏਫ੍ਰੈਂਡ ਵੀ ਨੇ। ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਪੂਨਮ ਇੱਕ ਇੰਟਰਸਟਿੰਗ ਪੋਸਟ ਵੀ ਸ਼ੇਅਰ ਕੀਤਾ। ਪੂਨਮ ਨੇ ਲਿਖਿਆ ਕਿ ਮੈਂ ਸ਼ਾਕਾਹਾਰੀ ਹਾਂ, ਪਰ ਮੇਰਾ ਬੁਆਏਫ੍ਰੈਂਡ ਸਭ ਕੁਝ ਖਾਂਦਾ ਹੈ। ਪੂਨਮ ਦੀ ਹੁਣ ਇਹ ਫੋਟੋ ਸੋਸ਼ਲ ਮੀਡੀਆ ਤੇ ਇਸ ਵਾਰ ਕੀ ਬਵਾਲ ਮਚਾਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਿਓਮ ਨਿਊਜ਼ ਦੇ ਲਈ ਬਿਊਰੋ ਰਿਪੋਰਟ। ਇੱਥੇ ਤੁਹਾਨੂੰ ਦੱਸ ਦਈਏ ਕਿ ਪੂਨਮ ਪਾਂਡੇ ਦਾ ਵਿਵਾਦਾਂ ਦੇ ਨਾਲ ਇੱਕ ਪੁਰਾਣਾ ਨਾਤਾ ਰਿਹਾ। ਸਾਲ 2011 ਵਿੱਚ ਟੀਮ ਇੰਡੀਆ ਨੇ ਜਦ ਵਰਲਡ ਕੱਪ ਜਿੱਤਿਆ ਸੀ ਤਾਂ ਪੂਨਮ ਪਾਂਡੇ ਨੇ ਆਪਣੇ ਕੱਪੜੇ ਉਤਾਰਨ ਦਾ ਐਲਾਨ ਕਰ ਦਿੱਤਾ ਸੀ, ਪਰ ਬਾਅਦ ਵਿੱਚ ਉਸਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ ਗਿਆ। ਪੂਨਮ ਕਈ ਵਾਰ ਫਿਰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਜ਼ੁਬਾਨੀ ਹਮਲਾ ਕਰਦੀ ਦਿਖਾਈ ਦਿੰਦੀ ਹੈ। ਕੁਝ ਦਿਨ ਪਹਿਲਾਂ ਪੂਨਮ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਇੱਕ ਸੈਕਸ ਟੇਪ ਵੀ ਲੀਕ ਕੀਤੀ ਸੀ, ਜਿਸ ਤੋਂ ਬਾਅਦ ਉਸਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੇ ਚੱਲਦੇ ਉਹ ਕਾਫੀ ਵਿਵਾਦਾਂ ਵਿੱਚ ਘਿਰ ਗਈ ਸੀ। ਸਿਟੀ ਹੋਮ ਨਿਊਜ਼ ਦੇ ਲਈ ਬਿਊਰੋ ਰਿਪੋਰਟ।